हर रोज एक बच्चे का फोन आता। अच्छा जी, कहते भी कम से लो जो बच्चा बाहर भेजना है। हाँ जी, फीसा फूसा तो अलावा बंदे को एक साल का खर्चा चकने लिए 10 लाख रुपया वाधू होना चाहिए। इतने पॉपुलेशन बहुत ज्यादा आ गई, अपना काम नहीं है जितने बंदे आ चुके हैं। साडा भी अपना काम है, टीचर का काम है, ठीक है। साडा अपना काम इतना घट गया, असि किसी को नौकरी नहीं दिंदे। घर की किश्त दस देना, एक घर की जो आप एवरेज ला के दी, एक घर की किश्त इतने 5 से 7 हजार डॉलर है महीने। अपना बच्चा गया होया ब्रह्मटन अपने किसी जान पहचान दा, काम कुम नहीं मिल रहा, कहते रिसेशन जो बहुत आया हो तो पुराने जानकार हो तो माड़ा मोटा जो हेल्प कर दो बच्चे की। हाँ जी बाबा जी, आप कोशिश कर लेंगे, पर इतने तो हालात माड़े आ बहुत। हाँ जी, चलना पाया, हर रोज एक बच्चे का फोन आता। अच्छा जी, कहते भी कम से लो। अच्छा जी, इतने तो हम हालात ये मान लो जो बच्चा बाहर भेजना है। हाँ जी, फीसा फूसा तो अलावा बंदे को एक साल का खर्चा चकने लिए 10 लाख रुपया वाधू होना चाहिए, गुजारा चलूगा। मतलब जो बच्चा बाहर भेजने हो एक साल घटो घट काम नहीं मिलना बच्चे। अच्छा, पॉपुलेशन ज्यादा हो, फिर 2000 साल बहुत घट है। बिलकुल मतलब फिर यही आ सलाह, न्याणिया नूं भी कनेडा आले पासे नूं घट तुरो। मेरे जान पछाण तो इन्हां दे ना रिश्तेदार सी उत्थे, ते रिश्तेदारां वी नहीं सांभिया, 15 दिन बाद रिश्तेदार कहिंदे काका वी अपना घर लभ लै। एक महीने की 7 हजार डॉलर किश्त भरनी है। बंदा कमाऊगा की करूगा, करूगा की बंदा, सारे टब्बर दी इन्नी कमाई हुंदी है। नहीं ते वैसे खर्चा किन्ना बंदा, जे बंदा मतलब नवा नवा बंदा हुंदा घर लैंदा किराया किन्ना का रेंट हुंदा घर दा बेसमेंट जे रहंदा तां? रेंट जे हुण जिवें जे आपां ब्रैम्पटन दी गल करीए तां 500 तों 700 डॉलर दे विच रेंट है जी। रेंट आ 500 700 ब्रैम्पटन, क्योंकि वधिया एरिया है ना, पोश एरिया टोरंटो है ना। हां जी,
ਤੇ ਜੇ ਆਪਾਂ ਕਹੀ ਵੀ ਜਵਾਕ ਕੋਈ ਵੀ ਖਰਚਾ ਨਹੀਂ ਕਰਦਾ, ਹਾਂ ਸਾਧੂ ਕੱਲਾ ਗਰੋਸਰੀ ਦਾ ਹੀ ਖਰਚਾ ਕਰਦਾ ਤਾਂ $1200 ਖਰਚਾ ਹੈਗਾ ਹੀ ਆ ਵਿੱਚੇ ਘਰ ਤੇ ਵਿੱਚੇ ਗਰੋਸਰੀ $1200 ਖਰਚਾ, ਫਿਰ ਫੋਨ ਦੇ ਖਰਚੇ, ਫਿਰ ਬੰਦੇ ਦੇ ਆਣ ਜਾਣ ਦੇ ਖਰਚੇ, ਬੱਸਾਂ ਦੇ ਖਰਚੇ, ਪੜ੍ਹਾਈਆਂ ਦੇ ਹੋਰ, ਮਤਲਬ $2000 ਤਾਂ ਬੱਚੇ ਨੂੰ ਖਰਚਾ ਪੈ ਰਿਹਾ, ਫਿਰ ਉਹ ਕਮਾਏਗਾ ਕੀ ਤੇ ਖਾਏਗਾ ਕੀ। ਹਾਂਜੀ ਹਾਂਜੀ, ਬਾਕੀ ਕੰਮਾਂ ਦੇ ਵੀ ਹਾਲਾਤ ਹੁਣ ਥੋੜੇ ਜਿਹੇ ਇਦਾਂ ਚੱਲ ਰਹੇ ਆ, ਕੰਮ ਹੈ ਨਹੀਂ। ਹਾਂਜੀ ਹਾਂਜੀ, ਚਲੋ ਧੰਨਵਾਦ ਤੁਹਾਡਾ। ਫਿਰ ਵੀ ਇਹੀ ਆ ਵੀ ਜੇ ਮੰਨ ਲਓ ਕਿਸੇ ਜਵਾਕ ਨੇ ਆਉਣਾ ਤਾਂ ਪਲੱਸ ਟੂ ਤੋਂ ਬਾਅਦ ਨਾ ਆਵੇ। ਅੱਛਾ, ਪਲੱਸ ਟੂ ਤੋਂ ਬਾਅਦ ਨਾ ਆਵੇ ਕੋਈ, ਇਹ ਵੀ ਗੱਲ। ਅੱਛਾ, ਪਲੱਸ ਟੂ ਤੋਂ ਬਾਅਦ ਨਾ ਕੋਈ ਆਵੇ। ਹਾਂਜੀ ਹਾਂਜੀ, ਜੇ ਆਉਣਾ ਤਾਂ ਡਿਗਰੀ ਕਰਕੇ ਆਵੇ, ਫਿਰ ਬਾਕੀ ਜੇ ਕਿਸੇ ਜਵਾਕ ਨੇ ਆਉਣਾ ਵੀ ਆ ਤਾਂ ਪਹਿਲਾਂ ਆਪਣੀ ਸਟੱਡੀ ਕਰਕੇ ਆਓ ਵੀ ਕਿੱਥੇ ਇਮੀਗ੍ਰੇਸ਼ਨ ਛੇਤੀ ਮਿਲਦੀ ਆ, ਪੀਆਰ ਛੇਤੀ ਮਿਲਦੀ ਆ, ਤੁਸੀਂ ਉੱਥੇ ਜਾਓ। ਮੰਨ ਲਓ ਜੇ ਬੱਚਾ ਇੱਥੋਂ ਐਲਬਰਟਾ ਤੋਂ ਜਾਂਦਾ, ਸਸਕੈਚਵਨ ਜਾਂਦਾ ਜਾਂ ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਉਧਰ ਨੂੰ ਜਾਂਦਾ, ਉਧਰਲੇ ਜਿਹੜੇ ਪ੍ਰੋਵਿੰਸ ਆ ਉਹਨਾਂ ਚ ਪੀਆਰ ਛੇਤੀ ਹੋ ਜਾਂਦੀ ਆ ਜੇ ਆਪਾਂ ਉੱਥੋਂ ਪੜ੍ਹਾਈ ਕਰਦੇ ਆ। ਜੋ ਉੱਥੋਂ ਠੀਕ ਹੈ, ਪਰ ਡਿਗਰੀ ਲੈ ਕੇ ਆਵੇ ਬੱਚਾ, ਪਲੱਸ ਟੂ ਕਰਕੇ ਨਾ ਆਵੇ। ਮਤਲਬ ਨਹੀਂ, ਪਲੱਸ ਟੂ ਕਰਕੇ ਨਾ ਆਵੇ। ਪਲੱਸ ਟੂ ਕਰਕੇ ਤਾਂ ਪਹਿਲੀ ਗੱਲ ਤਾਂ ਬੱਚੇ ਦੀ ਉਨੀ ਮੈਂਟਲੀ ਗਰੋਥ ਵੀ ਨਹੀਂ ਹੋਈ ਹੁੰਦੀ, ਇੱਥੇ ਆ ਕੇ ਕਹਿੰਦੇ ਨੇ ਬੱਚਾ ਥੜਕ ਵੀ ਜਾਂਦਾ ਮੈਂਟਲੀ। ਮੈਂ ਬੜੇ ਬੱਚੇ ਦੇਖ ਰਿਹਾ ਮੈਂਟਲੀ ਅਪਸੈਟ ਹੋਏ ਪਏ ਨੇ ਉਹ ਚਲਾ ਦੇ। ਹਾਂਜੀ ਹਾਂਜੀ, ਇਹੀ ਕਾਰਨ ਹੁੰਦਾ ਸਭ ਤੋਂ ਵੱਡਾ। ਚਲੋ ਠੀਕ ਹੈ ਸਿੰਘ ਸਾਹਿਬ, ਕੋਈ ਗੱਲ ਨਹੀਂ, ਪਰ ਫਿਰ ਵੀ ਕੋਸ਼ਿਸ਼ ਕਰਿਓ, ਮੈਂ ਬੱਚੇ ਨੂੰ ਨੰਬਰ ਦਊਂਗਾ ਤੁਹਾਡਾ, ਟਰਾਈ ਕਰਿਓ ਫਿਰ ਵੀ, ਹੈ ਨਾ। ਨਹੀਂ ਹਾਂਜੀ, ਜ਼ਰੂਰ ਜੀ ਜ਼ਰੂਰ। ਠੀਕ ਹੈ ਜੀ, ਮਾਤਮਾ ਤੇ ਆ। ਠੀਕ ਹੈ, ਟਰਾਈ ਕਰ ਲਓ। ਠੀਕ ਹੈ ਜੀ, ਓਕੇ ਜੀ, ਓਕੇ, ਧੰਨਵਾਦ ਜੀ, ਵਾਹਿਗੁਰੂ ਸਾਹਿਬ ਫਤਿਹ ਜੀ। ਆ ਵੀਡੀਓ ਮੈਂ ਤਾਂ ਬਣਾ ਰਿਹਾ ਸੀ ਵੀ ਜਿਹੜਾ ਬੱਚਾ ਹੈ ਵੀ ਉਹਦੇ ਪੇਰੈਂਟਸ ਨੂੰ ਮੈਂ ਭੇਜਣੀ ਸੀ, ਕਿਤੇ ਉਹਨਾਂ ਨੂੰ ਇਹ ਨਾ ਲੱਗੇ ਵੀ ਮੈਂ ਕਿਹਾ ਨਹੀਂ ਕੰਮ ਵੱਲੋਂ, ਕਿਤੇ ਭੁਲੇਖਣਾ ਵੀ, ਪਰ ਇੱਥੇ ਤਾਂ ਗੱਲਾਂ ਹੀ ਹੋਰ ਨਿਕਲੀਆਂ। ਸੋ ਕੁਲਵਿੰਦਰ, ਇਹਦਾ ਕੰਮ ਹੀ ਕੁਝ ਹੋਰ ਹੋ ਗਿਆ, ਸੋ ਕੈਨੇਡਾ ਜਾਣ ਤੋਂ ਪਹਿਲਾਂ ਸੋਚੋ ਵੀ ਜ਼ਰੂਰ। ਧੰਨਵਾਦ।